अमृतसर के फोकल पॉइंट मकबूलपुरा मेहता रोड में शहीद बाबा जीवन सिंह स्पोर्ट्स क्लब की ओर से प्रधान अमरजीत सिंह बब्बू की अगुवाई में चार साहबजादों और शहीद बाबा जीवन सिंह जी के शहीदी दिवस को समर्पित धार्मिक समागम करवाया गया। इस समागम में श्रोमणी अकाली दल के पूर्व कैबिनेट मंत्री गुलजार सिंह रणके, पूर्व विधायक डॉक्टर दलबीर सिंह वेरका, भाजपा के पूर्व जिलाध्यक्ष राजेश हनी व श्रोमणी अकाली दल के हल्का दक्षिणी के इंचार्ज तलबीर गिल ने विशेष तौर पर शिरकत की। वह इस मौके पर क्लब द्वारा आए हुए मेहमानों को सम्मानित भी किया गया। प्रबंधकों को बाबा जीवन सिंह स्पोर्ट्स क्लब वालों जिहड़ा चार साहिबजादे महाराज दा नाल बाबा जीवन सिंह जी दा सब बाकी समूह शहीदां दा शहीदी दिहाड़ा मना रहे, मैं इन्हां नूं लख लख वधाई भी देना। सारे सहयोगियां इन्हां दे जिन्हां जिन्हां ने भी इस गुरमत समागम दे विच हिस्सा लिया, लंगर लाया जां जो जो भी इन्हां ने साधना दे राहीं जिन्हां ने सेवा कीती है, सारिआं नूं धन्नवाद करदा। ਬਾਬਾ ਮੇਜਰ ਸਿੰਘ ਜੀ, ਭੰਗਣਾ ਜੀ ਜਾਂ ਹੋਰ ਸਾਰੇ ਨਿਹੰਗ ਜਥੇਬੰਦੀਆਂ ਦੇ ਮੁਖੀ ਤਰਨਾ ਦਲ ਦੇ ਵੀ ਆਏ ਨੇ, ਬਾਕੀ ਸੰਗਤਾਂ ਆਈਆਂ, ਉਹਨਾਂ ਦਾ ਵੀ ਕਿ ਅੱਜ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਜਿਨ੍ਹਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ ਗੁਲਾਮੀ ਦੀਆਂ ਜ਼ੰਜੀਰਾਂ ਜਿਹੜੀਆਂ ਉਹ ਤੋੜੀਆਂ ਸੀ, ਉਹਨਾਂ ਨੇ ਲੜਾਈਆਂ ਬੜੀਆਂ ਵੱਡੀਆਂ ਲੜੀਆਂ। ਉਹ ਸਾਡਾ ਅੱਜ ਦੇ ਦਿਨ ਤਾਂ ਮੈਂ ਸਮਝਦਾ ਕਿ ਸਾਨੂੰ ਪ੍ਰੇਰਨਾ ਮਿਲਦੀ ਹੈ ਸਾਰੀ ਨੌਜਵਾਨ ਪੀੜ੍ਹੀ ਨੂੰ ਵੀ, ਸਾਨੂੰ ਵੀ। ਅਤੇ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਰਜਿਸਟਰ ਵੱਲੋਂ ਸਾਰੀ ਸਮੂਹ ਕਮੇਟੀ ਨੇ ਦੇ ਸੰਯੋਗ ਨਾਲ ਬਹੁਤ ਹਰ ਸਾਲ ਦੀ ਤਰ੍ਹਾਂ ਉੱਚੇ ਪੱਧਰ ਦੇ ਨਾਲ ਮਨਾਉਂਦੇ ਹਾਂ ਜੀ, ਔਰ ਮਹੱਲੇ ਦਾ ਸਾਨੂੰ ਬਹੁਤ ਵਧੀਆ ਸੰਯੋਗ ਮਿਲਦਾ, ਔਰ ਸਾਡੇ ਜਿੰਨੇ ਵੀ ਵੱਡੇ ਵੀਰ ਸਤਿਕਾਰਯੋਗ ਜਿਹੜੇ ਜੋ ਵੀ ਇੱਥੇ ਆਉਂਦੇ ਨੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਸਾਥ ਦਿੰਦੇ ਆ, ਅਤੇ ਅਸੀਂ ਇਹ ਉਪਰਾਲਾ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਕਿ ਇਹਨੂੰ ਹੋਰ ਉੱਚੇ ਪੱਧਰ 'ਤੇ ਕਰੀਏ। ਅਤੇ ਜਿੰਨੇ ਸਾਡੇ ਭੈਣ ਭਰਾ ਵਾ ਸਾਡੇ ਨਾਲ ਬਹੁਤ ਵਧੀਆ ਚੱਲਦੇ ਆ, ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਸਰਦਾਰ ਗੁਲਜਾਰ ਸਿੰਘ ਰਣੀਕੇ ਸਾਹਿਬ, ਸ਼ਮਸ਼ੇਰ ਸਿੰਘ ਸ਼ੇਰਾ ਜੀ, ਸਰਦਾਰ ਭੁਪਿੰਦਰ ਸਿੰਘ ਰਾਹੀ ਜੀ, ਸਰਦਾਰ ਆਪਣਾ ਸ਼੍ਰੀ ਰਜੇਸ਼ ਕੁਮਾਰ ਹਨੀ ਜੀ, ਹੋਰ ਵੀ ਜਿੱਦਾਂ ਸਾਡੇ ਆਪਣਾ ਅਮਰੀਕ ਵੀਰ ਜੀ ਸਾਡੇ ਮਕਬੂਲਪੁਰੇ ਤੋਂ, ਹੋਰ ਵੀ ਸਾਡੇ ਬਹੁਤ ਸੱਜਣ ਸਹਿਯੋਗੀ ਸੱਜਣ ਸਾਡੇ ਨਾਲ ਸਾਥ ਦਿੰਦੇ ਆ, ਅਤੇ ਅਸੀਂ ਵੱਧ ਤੋਂ ਵੱਧ ਉਪਰਾਲਾ ਕਰਦੇ ਕਿ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰੀਏ। ਜਾਗ੍ਰਿਤੀ ਲਹਿਰ ਕੇ ਲੀਏ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।